ਦੋਸ਼ੀ ਛੱਡਣੇ ਨਹੀਂ, ਇਹ ਬਖਸ਼ੇ ਨਹੀਂ ਜਾਣਗੇ। ਮੁਰਾਨੰਦਰ ਨੂੰ ਅੰਦਰ ਦਿੱਤਾ, ਚਰਨਜੀਤ ਸ਼ਰਮੇ ਨੂੰ ਅੰਦਰ ਦਿੱਤਾ, ਪਰ ਜਦ ਜਿੱਥੇ ਕਿਤੇ ਕੋਰਟਾਂ ਆ ਜਾਣ ਉੱਥੇ ਕੀ ਸਰਕਾਰ ਨੇ ਕੀ ਕਰ ਸਕਦੀ। ਉਹਨਾਂ ਦੇ ਉੱਤੇ ਬਾਹਰ ਨਿਕਲ ਲੱਗੇ ਸੀਗੇ, ਉਹਨਾਂ ਦੇ ਦੇਸ਼ ਧਰੋਹੀ ਦਾ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਫਿਰ ਅੰਦਰ ਕੀਤਾ ਕਿ ਇਹ ਕਦੇ ਜਲਦੀ ਨਾ ਨਹੀਂ, ਪਰ ਜਿਹੜਾ ਪ੍ਰੋਸੈਸ ਹੈ, ਜਿਹੜਾ ਕਾਨੂੰਨ ਹੈ ਹਿੰਦੁਸਤਾਨ ਦਾ, ਉਹਦੇ ਤੋਂ ਆਪਾਂ ਵੀ ਬਾਹਰ ਕਿਵੇਂ ਜਾਵਾਂਗੇ। ਇਨਸਾਫ ਮਿਲਣਾ ਚਾਹੀਦਾ। ਮੈਂ ਇਹਦੇ 'ਚ ਇਹ ਨਹੀਂ ਕਹਿੰਦਾ ਕਿ ਅਸੀਂ ਦੋਸ਼ੀ ਦੇ, ਅਸੀਂ ਉਹਨੇ ਭਾਗੀਦਾਰ ਬਣਦੇ ਜਾਂਦੇ ਜਿੰਨੇ ਬਾਦਲ ਸੀਗੇ। ਮੈਂ ਆਪਣੀ ਗੱਲ ਤੋਂ ਪਿੱਛੇ ਨਹੀਂ ਹਟਦਾ, ਨਾ ਮੈਂ ਝੂਠ ਹੀ ਬੋਲੂੰਗਾ, ਨਾ ਵਜਾਰਤਾਂ ਰਹਿੰਦੀਆਂ ਨੇ। ਗੁਰੂ ਰਹੋ ਤੇ ਵਜਾਰਤ ਰਹੋ, ਜੇ ਗੁਰੂ ਨਹੀਂ ਨਾਲ ਤੁਹਾਡੇ ਤੇ, ਇਹ ਵਜਾਰਤਾਂ ਨੂੰ ਲੋਕਾਂ ਨੇ ਥੁੱਕਣਾ ਵੀ ਨਹੀਂ ਸਾਡੇ। ਇਹ ਹੁਣ ਤੱਕ ਕਿਸੇ ਲੋਜੀਕਲ ਐਂਡ ਤੇ ਪਹੁੰਚਣਾ ਚਾਹੀਦਾ ਸੀ। ਜਿਹੜੀ ਅਸੀਂ ਬਠਿੰਡੇ ਸਹੁੰ ਖਾਧੀ ਸੀ ਨਾ, ਤੇ ਤਲਵੰਡੀ ਸਾਬੋ ਖਾਧੀ ਸੀ, ਹੁਣ ਤੱਕ ਉਹ ਦੋਸ਼ੀਆਂ ਨੂੰ ਲੋਕਾਂ ਦੇ ਸਾਹਮਣੇ ਦੋਸ਼ੀ ਵੀ ਪਤਾ ਨੇ, ਇਹ ਵੀ ਪਤਾ ਕਿੰਨਾ ਕੀਤਾ ਤੇ ਦਲੇਰ ਜ਼ਰੂਰ ਹੋਈ। ਇਹਦੀ ਵਾਕਈ ਸ਼ਰਮ ਵਾਲੀ ਗੱਲ। ਹੁਣ ਤਾਂ ਕਹਿੰਦੇ ਨੇ ਨਾ, ਤੁਸੀਂ ਜਿਹੜਾ ਵਾਕਈ ਪੁੱਤਾਂ ਰਾਜ ਬਾਲੀਏ ਮੁੜ ਚੱਕੀ ਚੱਟੀ, ਬਿਲਕੁਲ ਜਿਹੜਾ ਸ਼ਬਦ ਆ ਇਹ ਹਰ ਸਰਕਾਰ ਚ ਟੋਕਦਾ। ਮੈਂ ਨਹੀਂ ਕਹੂੰਗਾ ਕਿ ਸਾਡੀ ਸਰਕਾਰ ਤੇਰੀ ਟੋਕਦਾ। ਸਾਨੂੰ ਆਪਣੇ ਗੁਰੂ ਦਾ ਜੋ ਅਸੀਂ ਕਹਿ ਕੇ ਤੁਰੇ ਸੀ, ਪਹਿਲੇ ਦਿਨ ਹੀ ਸਾਨੂੰ ਫੜ ਕੇ ਅੰਦਰ ਕਰ ਦੇਣਾ ਚਾਹੀਦਾ। ਜਿਹੜੀ ਅਸੈਂਬਲੀ, ਮੈਂ ਬਾਜਵਾ ਸਾਹਿਬ ਨੂੰ ਕਿਹਾ, ਜਿਹਦੇ ਤੁਹਾਡਾ ਮੈਂ ਇੱਕ ਦਿਨ ਅਖਬਾਰ ਚ ਪੜਿਆ, ਮੈਂ ਭਗ ਜੋ ਬੋਲ ਕੇ ਆਏ ਨਾ ਤੁਰੇ ਤੇ ਪੈਰਾਂ ਤੇ। ਮੈਂ ਹਰ ਮੀਟਿੰਗ 'ਚ, ਤੁਹਾਨੂੰ ਪਤਾ ਵੀ ਮੈਂ ਹਰ ਮੀਟਿੰਗ 'ਚ ਔਰ ਹਰ ਸਟੇਜ 'ਤੇ ਇਹ ਮੈਂ ਜ਼ਰੂਰ ਗੱਲ ਕਰਦਾ ਕਿ ਜਿਹੜਾ ਲੋਕਾਂ ਨਾਲ ਵਾਅਦਾ ਕੀਤਾ, ਗੁਰੂ ਨੂੰ ਪਿੱਠ ਦਿੱਤੀ ਤੇ ਗੁਰੂ ਨੇ ਮਾਫ਼ ਨਹੀਂ ਦਿੱਤਾ। ਕਿੰਨਾ ਕਿੱਥੇ ਚੁੱਪ ਰਹਾਂਗਾ ਮੈਂ, ਇਹ ਸਜ਼ਾ ਜ਼ਰੂਰ ਮਿਲਣੀ ਹੈ। ਜਿਹੜੀ ਕਸਮ ਖਾਧੀ ਹੁੰਦੀ ਹੈ ਨਾ, ਉਹ ਸੱਚੀ ਵੀ ਮਾੜੀ ਅਤੇ ਝੂਠੀ ਵੀ ਮਾੜੀ, ਅਤੇ ਜੇ ਖਲੋ ਕੇ ਕਸਮ ਖਾਧੀ ਤਾਂ ਕਸਮ 'ਤੇ ਆਪਾਂ ਖਲੋਵਾਂਗੇ। ਵਾਕਈ ਸਰਕਾਰਾਂ ਦੇ ਜਿਹੜੀ ਸੋਟੀਆਂ ਨੇ ਖਾਉਣੀਆਂ ਪੈਣੀਆਂ। ਅਤੇ ਭਰਾ ਸਿੰਘੋ, ਮੈਂ ਨਾ ਝੇੜੀ ਬਦਲਣਾ, ਮੈਨੂੰ ਭਾਵੇਂ ਸਰਕਾਰ ਛੱਡਣੀ ਪੈ। ਵਾਕਈ ਤੁਸੀਂ ਜਿਹੜੀਆਂ ਗੱਲਾਂ ਕੀਤੀਆਂ, ਮੈਂ ਮੁੱਖ ਮੰਤਰੀ ਸਾਹਿਬ ਨੂੰ ਸਾਰੀਆਂ ਚੀਜ਼ਾਂ ਦੱਸਣੀਆਂ ਕਿ ਸਾਡੇ ਕੋਲ ਬਾਹਰ ਖਲੋ ਕੇ ਜਵਾਬ ਨਹੀਂ ਦਿੱਤਾ ਜਾਂਦਾ। ਅਸੀਂ ਜਵਾਬ ਇਹਨਾਂ ਨੂੰ ਜਵਾਬ ਤੁਸੀਂ ਤਾਂ ਨਾ ਮਿਲੋਗੇ, ਅਸੀਂ ਤਾਂ ਮਿਲਣਾ, ਅਸੀਂ ਕੀ ਜਵਾਬ ਦੇਈਏ ਇਹਨਾਂ ਨੂੰ ਕਿ ਕਿਉਂ ਨਹੀਂ ਇਨਸਾਫ਼ ਮਿਲਿਆ, ਕਿੱਥੇ ਇਨਸਾਫ਼ ਚਲਾ ਗਿਆ। ਗੱਲ ਵਾਕਈ ਤੁਹਾਡੀ ਗੱਲ ਠੀਕ ਹੈ ਕਿ ਜਿਹੜੇ ਬੰਦੇ ਫੜ ਕੇ ਅੰਦਰ ਦਿੱਤੇ ਸਾਰੇ ਜਮਾਨਤਾਂ ਦੇ, ਕਈਆਂ ਨੂੰ ਜਮਾਨਤਾਂ ਅੰਦਰ ਵੀ ਨਹੀਂ ਜਾਣ ਦਿੱਤਾ, ਉਹ ਪੁਲਿਸ ਵਾਲੇ ਉਹਨਾਂ ਦੇ ਕੇਸ ਹੋਏ, ਉਹਨਾਂ ਨੂੰ ਕੋਰਟਾਂ ਨੇ ਪਹਿਲਾਂ ਜਮਾਨਤਾਂ ਦੇ ਦਿੱਤੀਆਂ। ਇਹ ਬੜੀ ਵੇਖਣ ਵਾਲੀਆਂ ਚੀਜ਼ਾਂ ਨੇ। ਸੋ ਭਰਾਓ, ਜੋ ਤੁਸੀਂ ਹੁਕਮ ਕਰੋਗੇ ਮੈਂ ਤਾਂ ਉਹੀ ਬਣੂਗਾ, ਜੋ ਉੱਥੇ ਮੈਂ ਕਹਿ ਕੇ ਮੈਂ ਆਪਣੀ ਜ਼ਬਾਨ 'ਤੇ ਅੱਜ ਵੀ ਉੱਥੇ ਕਰਾਂ, ਅਤੇ ਤੁਸੀਂ ਜਦੋਂ ਵੇਖਦੇ ਮੈਂ ਠੋਕ ਕੇ ਬੋਲਦਾ ਵੀ ਹਾਂ, ਚਾਹੇ ਕੋਈ ਅਸੈਂਬਲੀ ਆ। ਸੇਲ ਜ਼ਰੂਰ ਅੱਗੇ ਕਰੀਦਾ ਕਿ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਹੈ, ਜਿਹੜੇ ਲੋਕਾਂ ਨਾਲ ਵਾਅਦਾ ਕਰਕੇ ਆਏ ਆ, ਉਹਦੇ 'ਤੇ ਆਪਾਂ ਖਰੇ ਉਤਰੀਏ। ਜਵਾਕਿਆ ਡਿਲੇ ਹੋ ਰਹੀ ਹੈ, ਇਹਦੀ ਤਾਂ ਮੈਂ ਮੰਗਦਾ ਮਾਫ਼ੀ। इस चैनल पर चल रहे मुद्दों पर अपने विचार देने के लिए कमेंट करें, और अपडेट रहने के लिए चैनल को लाइक एंड सब्सक्राइब करें, और हाँ, बेल आइकन दबाना ना भूलें।